ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਕਸਮ ਸੋਨੀਆ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲੋ ਵਾਸ਼ਿੰਗਟਨ ਡੀਸੀ ਦੇ ਰੀਗਨ ਸੈਂਟਰ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਦੇਸ਼ ਦੇ ਵਿਅਦਿਆਤਮ ਵਿਸ਼ਵਾਸ ਨੂੰ ਭਾਰਤ ਦੀ ਪ੍ਰਗਤੀ ਦਾ ਕਾਰਨ ਦੱਸਿਆ ਕਿਹਾ ਕਿ ਭਾਰਤ ਤੇ ਅਮਰੀਕਾ ਦੀ ਭਾਈਵਾਲੀ 21ਵੀਂ ਸਦੀ ਦੀ ਦੁਨੀਆ ਦੀ ਕਿਸਮਤ ਬਦਲ ਸਕਦੀ ਹੈ ਗੂਗਲ ਦੇ ਸੀਈਓ ਸੁਮਿੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਅਹਮਦਾਬਾਦ ਵਿਖੇ ਗਲੋਬਲ ਫਿਨਟੈਕ ਸੈਂਟਰ ਖੋਲਣ ਦਾ ਕੀਤਾ ਐਲਾਨ। ਕੇਂਦਰ ਵੱਲੋਂ ਮਹਿੰਗਾਈ ਦਰ ਨੂੰ ਰੋਕਣ ਲਈ ਕਣਕ ਅਤੇ ਚੌਲਾਂ ਦੀ ਈ ਨਿਲਾਮੀ ਕਰਨ ਦੀ ਹਦਾਇਤ ਬਰਲਿਨ ਵਿੱਚ ਚੱਲ ਰਹੀਆਂ ਵਿਸ਼ੇਸ਼ 올림픽 ਵਿਸ਼ਵ ਖੇਡਾਂ ਵਿੱਚ ਭਾਰਤ ਵੱਲੋਂ ਜਿੱਤੇ ਗਏ ਤਮਗਿਆਂ ਦੀ ਗਿਣਤੀ 76 ਹੋਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਸਥਿਤ ਰੀਗਨ ਸੈਂਟਰ ਵਿੱਚ ਪ੍ਰਵਾਸੀ ਭਾਰਤੀਆਂ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਉਹਨਾਂ ਨੇ ਅਮਰੀਕਾ ਦੇ ਵਿਕਾਸ ਵਿੱਚ ਭਾਰਤੀ ਮੂਲ ਦੇ ਨਾਗਰਿਕਾਂ ਦੀ ਇਮਾਨਦਾਰ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਅਮਰੀਕਾ ਨਾਲ ਭਾਰਤ ਦੀ ਇਸ ਸਾਂਝੇਦਾਰੀ ਨੂੰ ਨਵੀਂ ਯਾਤਰਾ ਦੱਸਿਆ। अमेरिका के पारस्परिक रिश्तों की एक नई और गौरवशाली यात्रा प्रारंभ हुई है स्ट्रैटेजिक इश्यूज पर हमारे कन्वर्जेंस की है ये नई यात्रा मेक इन इंडिया मेक फॉर द वर्ल्ड उसको लेकर हमारे को ऑपरेशन की है टेक्नोलॉजी ट्रांसफर और मैन्युफैक्चरिंग में हमारा आपसी सहयोग हो या फिर इंडस्ट्रियल सप्लाई चेन में बढ़ता तालमेल दोनों देश ਇੱਕ ਬਿਹਤਰ ਭਵਿੱਖ ਦੀ ਔਰ ਮਜਬੂਤ ਕਦਮ ਉਠਾ ਰਹੇ ਹਨ ਜੀ ਇਹ ਵੱਲੋਂ ਭਾਰਤ ਵਿੱਚ ਜਟ ਇੰਜੀਨੀਅਰਿੰਗ ਦਾ ਸਮਝੌਤਾ ਹੋਵੇ ਜਾਂ ਸੈਮੀ ਕੰਡਕਟਰ ਨਿਰਮਾਣ ਕੰਪਨੀ Google ਜਾਂ Boeing ਵੱਲੋਂ ਸਹਿਯੋਗ ਦੀ ਗੱਲ ਹੋਵੇ ਨਿਵੇਸ਼ ਦੇ ਐਲਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਈ ਉਮੀਦਾਂ ਦੇ ਦਰਵਾਜ਼ੇ ਖੋਲਣ ਜਾ ਰਿਹਾ ਹੈ ਸਿਰਫ ਕੁਝ ਨੀਤੀਆਂ ਨੂੰ ਅੱਗੇ ਵਧਾਉਣਾ ਮਾਤਰਾ ਨਹੀਂ ਹੈ ये भारत अमेरिका के करोड़ों लोगों के भाग्य को नई ऊंचाई देने का काम हुआ है वी आर शेपिंग ड्रीम्स एंड अपने संबोधन पीएम ने दस कि एच वन वीजा नु रिन्न लिये भारतीय प्रवासियों अमरीका तो बाहर नहीं जाना पवेगा ਪ੍ਰਧਾਨ ਮੰਤਰੀ ਨੇ ਭਾਰਤ ਦੇ ਵੱਧਦੇ ਆਤਮ ਵਿਸ਼ਵਾਸ ਨੂੰ ਪ੍ਰਗਤੀ ਦਾ ਕਾਰਨ ਦੱਸਿਆ। ਉਹਨਾਂ ਨੇ ਕਿਹਾ ਕਿ ਗੁਲਾਮੀ ਦੇ ਦੌਰ ਵਿੱਚ ਭਾਰਤ ਦਾ ਆਤਮ ਵਿਸ਼ਵਾਸ ਖੋ ਲਿਆ ਸੀ ਪਰ ਨਵੇਂ ਭਾਰਤ ਨੂੰ ਆਪਣਾ ਰਸਤਾ ਵੀ ਪਤਾ ਹੈ ਤੇ ਦਿਸ਼ਾ ਵੀ ਪਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ ਦੌਰੇ ਵਿੱਚ ਅਮਰੀਕਾ ਨੇ ਉਹਨਾਂ ਨੂੰ ਭਾਰਤ ਦੀਆਂ ਕਈ ਪੁਰਾਤਨ ਮੂਰਤੀਆਂ ਨੂੰ ਸੌਂਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਇੰਡੀਆ ਸਟ੍ਰੈਟੈਜਿਕ ਪਾਰਟਨਰਸ਼ਿਪ ਫੋਰਮ ਵੱਲੋਂ ਕੈਨੇਡੀ ਸੈਂਟਰ ਵਿੱਚ आयोजित एक प्रोग्राम ਵਿੱਚ ਸ਼ਿਰਕਤ ਕੀਤੀ ਇਸ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਵੀ ਹਿੱਸਾ ਲਿਆ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਨੂੰ ਇਤਿਹਾਸਕ ਕਰਾਰ ਦਿੱਤਾ ਨਾਲ ਹੀ ਦੋਹਾਂ ਦੇਸ਼ਾਂ ਵਿਚਾਲੇ ਵੱਧਦੀ ਭਾਈਵਾਲੀ ਦੀ ਪ੍ਰਸ਼ੰਸਾ ਕੀਤੀ ਯੂਐਸ ਆਈਐਸ ਪੀਐਫ ਦਾ ਮੁੱਖ ਉਦੇਸ਼ ਅਮਰੀਕਾ ਤੇ ਭਾਰਤ ਵਿਚਾਲੇ ਦੁਵੱਲੀ ਅਤੇ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਸੁਪਨੇ ਨੂੰ ਅੱਗੇ ਲਿਜਾਣ ਲਈ ਲੋਕਾਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ उन्होंने कहा कि भारत अमरीका की वाली इक्कीवी सदी दी दुनिया की किस्मत बदल सकती है एच वन बी वीजा के रिन्यू को लेकर भी लंबे अरसे से एक डिमांड थी अब ये निर्णय लिया गया है कि एच वन बी वीजा को रिन्यू करने के लिए आपको अमेरिका से बाहर नहीं जाना पड़ेगा इस साल एक पायलट प्रोजेक्ट शुरू किया जाएगा इसका बहुत बड़ा फायदा हमारे आईटी प्रोफेशनल्स को भी होने वाला है आजादी के पचहत्तरवें साल के मौके से प्रधानमंत्री ने एक सौ करोड़ भारतीय विकसित भारत ਇਸ ਸੰਕਲਪ ਨਾਲ ਅੱਗੇ ਵਧ ਰਿਹਾ ਹੈ ਇਸੇ ਦੇ ਤਹਿਤ ਸਮਾਜਿਕ ਨਿਆਂ ਖਾਸ ਤੌਰ ਤੇ ਗਰੀਬਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਸੁਧਾਰਾਂ ਦਾ ਦੌਰ ਚੱਲ ਰਿਹਾ ਹੈ ਇਸੇ ਕਾਰਨ ਫੋਰੈਕਸ ਐਫ ਡੀ ਆਈ ਅਤੇ ਬਰਾਮਦ ਵਧ ਰਹੀ ਹੈ। ਪ੍ਰਧਾਨ ਮੰਤਰੀ ਨੇ ਭਾਰਤੀਆਂ ਦੀ ਇੱਛਾਵਾਂ ਨੂੰ ਭਾਰਤ ਦੇ ਵਿਕਾਸ ਦਾ ਮੂਲ ਮੰਤਰ ਦੱਸਿਆ। ਉਹਨਾਂ ਨੇ ਕਿਹਾ ਕਿ ਇਹ ਅਜਿਹਾ ਹੀ ਹੈ ਜਿਵੇਂ ਕਿ ਅਮਰੀਕਾ ਦਾ ਸੁਪਨਾ। ਉਹਨਾਂ ਨੇ ਇਸ ਇੱਛਾ ਨੂੰ ਅਮਰੀਕਾ ਭਾਰਤ ਵਿਚਾਲੇ ਭਾਈਵਾਲੀ ਦਾ ਇੱਕ ਕਾਰਨ ਦੱਸਿਆ ਅਤੇ ਕਿਹਾ ਕਿ ਇਹ ਇੱਛਾ ਅਮਰੀਕੀ ਅਰਥ ਵਿਵਸਥਾ ਨੂੰ ਵੀ ਮਜ਼ਬੂਤੀ ਦੇ ਰਹੀ ਹੈ। ਭਾਰਤ ਅਮਰੀਕਾ ਵਿਚਾਲੇ ਰੱਖਿਆ ਸਹਿਯੋਗ ਨੂੰ ਪ੍ਰਧਾਨ ਮੰਤਰੀ ਨੇ ਇੱਕ ਨਵੀਂ ਬੁਲੰਦੀ ਦੱਸਿਆ। ਉਹਨਾਂ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਸਾਂਝੇਦਾਰੀ ਨਾਗਰਿਕਾਂ ਦੇ ਹਿੱਤਾਂ ਵਿੱਚ ਅਤੇ ਇਸ ਨੂੰ ਮਜ਼ਬੂਤੀ ਦੇਣ ਲਈ ਪੁਲਾੜ ਰੱਖਿਆ ਖੇਤਰਾਂ ਵਿੱਚ ਬੀਤੇ ਤਿੰਨ ਦਿਨਾਂ ਵਿੱਚ ਇਤਿਹਾਸਕ ਕਦਮ ਚੁੱਕੇ ਗਏ ਨੇ। ਭੂਵਿੱਕ ਵਿੱਚ ਦੋਵੇਂ ਹੀ ਦੇਸ਼ ਇੱਕ ਸਪਸ਼ਟ ਰਣਨੀਤੀ ਦੇ ਤਹਿਤ ਅੱਗੇ ਵਧਣਗੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਚੱਲ ਰਿਹਾ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਅਮਰੀਕਾ ਲਈ ਇੱਕ ਨਿਵੇਸ਼ ਦਾ ਮੌਕਾ ਵੀ ਦੱਸਿਆ। ਪ੍ਰਧਾਨ ਮੰਤਰੀ ਦੁਹਰਾਇਆ ਕਿ ਭਾਰਤ ਦੀ ਮਜ਼ਬੂਤੀ ਸਮੁੱਚੀ ਦੁਨੀਆ ਲਈ ਫਾਇਦੇਮੰਦ ਹੈ। ਉਨਾ ਕਹੇ ਕਿ ਮਹਾਮਾਰੀ ਦੇ ਸੰਕਟ ਵਿੱਚ ਵੀ ਭਾਰਤ ਨੇ ਦੁਨੀਆ ਦੇ 150 ਤੋਂ ਵੱਧ ਟੀਕਾ ਮੁਹੱਈਆ ਕਰਵਾਇਆ। ਉਹਨਾਂ ਨੇ ਭਾਰਤ ਦੇ ਵਿਕਾਸ ਵਿੱਚ ਨੌਜਵਾਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਦੇ ਨੌਜਵਾਨ ਦੁਨੀਆ ਦੇ ਜਿਸਵੀ ਦੇਸ਼ ਨਾਲ ਜੁੜ ਰਹੇ ਨੇ ਉਹ ਵਿਕਾਸ ਕਰ ਰਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਇਤਿਹਾਸਕ ਘਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਨੋਵੇਸ਼ਨ ਤੋਂ ਲੈ ਕੇ ਰੱਖਿਆ ਖੇਤਰ ਵਿੱਚ ਭਾਰਤ ਨਾਲ ਪਾਈਵਾਲੀ ਵੱਧ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਅਮਰੀਕਾ ਦੁਆਰਾ ਸਮਾਪਤ ਕਰਨ ਤੋਂ ਬਾਅਦ ਮਿਸਰ ਲਈ ਰਵਾਨਾ ਹੋ ਗਏ Google ਦੇ CEO ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਭਾਰਤ ਵਿੱਚ ਤਕਨੀਕੀ ਬਦਲਾਅ ਤੇ ਡਿਜੀਟਲ ਇਨਫਰਾ ਨੂੰ ਦੇਖਦਿਆਂ Google ਦੇ CEO ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਬਧੇਰੇ ਅਹਿਮ ਹੈ ਭਾਰਤ ਵਿੱਚ AI ਸਟਾਰਟਅਪ ਅਤੇ ਟੈਕਨੋਲੋਜੀ ਵਿੱਚ ਵਿਕਾਸ ਦੀਆਂ ਬਧੇਰੇ ਸੰਭਾਵਨਾਵਾਂ ਮੌਜੂਦ ਨੇ ਸੁੰਦਰ ਪਿਚਾਈ ਭਾਰਤੀ ਮੂਲ ਦੇ ਨੇ ਅਤੇ ਉਨ੍ਹਾਂ ਨੇ ਖੜਕਪੁਰ ਦੇ ਆਈਆਈਟੀ ਤੋਂ ਬੀਟੈਕ ਦੀ ਡਿਗਰੀ ਹਾਸਲ ਕੀਤੀ ਹੈ ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਨੂੰ ਉਨ੍ਹਾਂ ਨੇ ਇਤਿਹਾਸਕ ਦੱਸਿਆ ਉਨ੍ਹਾਂ ਨੇ ਭਾਰਤ ਵਿੱਚ ਗਲੋਬਲ ਫਿਨਟੈਕ ਸੈਂਟਰ ਜਲਦੀ ਹੀ ਅਹਮਦਾਬਾਦ ਸਥਿਤ ਗਿਫਟ ਸਿਟੀ ਵਿੱਚ ਸੈਂਟਰ ਖੋਲਣ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਸੁੰਦਰ ਪਿਚਾਈ ਨੂੰ ਸਾਈਬਰ ਸੁਰੱਖਿਆ ਤੇ ਮੋਬਾਈਲ ਨਿਰਮਾਣ ਲਈ ਸੱਦਾ ਦਿੱਤਾ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਪੁਲਾੜ ਦੇ ਖੇਤਰ ਵਿੱਚ ਨਵੀਆਂ ਉਪਲਬਧੀਆਂ ਹਾਸਲ ਕਰ ਸਕਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਯਾਤਰਾ ਦੌਰਾਨ ਲਏ ਗਏ ਮਹੱਤਵਪੂਰਨ ਫੈਸਲਿਆਂ ਬਾਰੇ মিডিਆ ਨੂੰ ਜਾਣਕਾਰੀ ਦਿੰਦੇ ਹੋਣਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਸਹਿਯੋਗ ਬਾਰੇ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਨਾਲ ਇੱਕ ਨਵੀਂ ਬੁਲੰਦੀ ਪ੍ਰਾਪਤ ਹੋਵੇਗੀ ਉਹਨਾਂ ਨੇ ਕਿਹਾ ਕਿ ਸਾਲ 2024 ਵਿੱਚ ਆਰਟੈਮਿਸ ਸਮਝੌਤਾ ਤੇ ਕੁਮਾਂਤਰੀ ਪੁਲਾੜ ਸਟੇਸ਼ਨ ਲਈ ਸਾਂਝੇ ਭਾਰਤ ਅਮਰੀਕਾ ਮਿਸ਼ਨ ਸੰਬੰਧੀ ਕੀਤੇ ਗਏ ਸਮਝੌਤੇ ਨਾਲ ਪੁਲਾੜ ਖੇਤਰ ਵਿੱਚ ਖੋਜ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਵੇਗਾ। ਇਹ ਸਮਝੌਤੇ ਤੇ 13 ਅਕਤੂਬਰ 2020 ਨੂੰ ਦਸਤਖਤ ਕੀਤੇ ਗਏ ਸਨ ਅਤੇ ਆਸਟ੍ਰੇਲੀਆ, ਕੈਨੇਡਾ, ਇਟਲੀ, ਜਾਪਾਨ, ਲਕਸਮਬਰਗ, ਸੰਯੁਕਤ ਅਰਬ ਅਮੀਰਾਤ, ਬ੍ਰਿਟਾਨੀਆ ਅਤੇ ਅਮਰੀਕਾ ਇਸ ਦੇ 8 ਸੰਸਥਾਪਕ ਦੇਸ਼ਾਂ ਵਿੱਚ ਸ਼ਾਮਲ ਨੇ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿਰੁੱਧ ਸਾਂਝਾ ਮੋਰਚਾ ਬਣਾਉਣ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੀ ਪਹਿਲੀ ਮੀਟਿੰਗ ਕੱਲ ਪਟਨਾ ਵਿੱਚ ਹੋਈ ਇਸ ਮੀਟਿੰਗ ਵਿੱਚ ਕਾਂਗਰਸ, ਤਰਨਮੂਲ ਕਾਂਗਰਸ, ਰਾਸ਼ਟਰੀ ਜਨਤਾਦਲ, ਜਨਤਾਦਲ ਯੂनाइटेड, ਸਮਾਜਵਾਦੀ ਪਾਰਟੀ, ਰਾਸ਼ਟਰੀਵਾਦੀ ਕਾਂਗਰਸ ਪਾਰਟੀ ਅਤੇ ਖੱਬੇਪੱਖੀ ਪਾਰਟੀਆਂ ਸਮੇਤ 17 ਪਾਰਟੀਆਂ ਨੇ ਹਿੱਸਾ ਲਿਆ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਜਿਸ ਲਈ ਇੱਕ ਸਾਂਝਾ এজেন্ডਾ ਤਿਆਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਗਲੀ ਮੀਟਿੰਗ ਸ਼ਿਮਲਾ ਵਿੱਚ ਹੋਵੇਗੀ ਜਿਸ ਵਿੱਚ ਸੀਟਾਂ ਦੀ ਵੰਡ ਦੇ ਮੁੱਦੇ ਤੇ ਚਰਚਾ ਹੋਵੇਗੀ। ਉਹਨਾਂ ਕਿਹਾ ਕਿ ਵਿਰੋਧੀ ਪਾਰਟੀਆਂ ਹਰ ਸੂਬੇ ਵਿੱਚ ਵੱਖ-ਵੱਖ ਚੋਣ ਰਣਨੀਤੀ ਬਣਾਉਣਗੀਆਂ। ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਝਾਰਖੰਡ ਦੇ ਮੁੱਖ ਮੰਤਰੀ ਹਿਮੰਤ ਸੂਰੇਨ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮਾਜਵਾਦੀ ਪਾਰਟੀ ਦੇ अखिलेश যাদব ਤੋਂ ਇਲਾਵਾ ਫਾਰੂਖ ਅਬਦੁੱਲਾ ਸ਼ਰਦ ਪੁਆਰ ਮਹਿਬੂਬਾ ਮੁਫਤੀ ਅਤੇ ਉਦਵ ਠਾਕਰੇ ਸਮੇਤ ਕਈ ਨੇਤਾ ਸ਼ਾਮਲ ਹੋਏ ਕੇਂਦਰ ਨੇ ਭਾਰਤੀ ਖੁਰਾਕ ਨਿਗਮ ਨੂੰ ਪਰਚੂਨ ਕੀਮਤਾਂ ਵਿੱਚ ਮਹਿੰਗਾਈ ਦਰ ਨੂੰ ਰੋਕਣ ਲਈ ਕਰਨਾਟਕ ਦੇ ਚੋਲਾਂ ਦੀ ਇਹ ਨਿਲਾਮੀ ਆਯੋਜਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਨਵੀਂ ਦਿੱਲੀ ਵਿੱਚ মিডিਆ ਨੂੰ ਸੰਬੋਧਨ ਕਰਦਿਆਂ ਨਿਗਮ ਦੇ ਮੁਖੀ ਅਤੇ ਪ੍ਰਬੰਧਨ ਨਿਰਦੇਸ਼ਕ ਅਸ਼ੋਕ ਮੀਨਾ ਨੇ ਕਿਹਾ ਕਿ ਉਚਿਤ ਅਤੇ ਔਸਤ ਗੁਣਵੱਤਾ ਵਾਲੀ ਕਣਕ ਦੀ ਕੀਮਤ 2150 ਰੁਪਏ ਪ੍ਰਤੀ ਕੁਆਂਟਲ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਣਕ ਦੀ ਜਮ੍ਹਾਂ ਖੋਰੀ ਨੂੰ ਠੱਲ ਪਾਉਣ ਲਈ ਨਿਲਾਮੀ ਵਿੱਚ ਹਿੱਸਾ ਲੈਣ ਲਈ ਕਣਕ ਸਟਾਕ ਮਾਨਿਟਰਿੰਗ ਸਿਸਟਮ ਪੋਰਟਲ 'ਤੇ ਜਾਣਕਾਰੀ ਦੇਣੀ ਜ਼ਰੂਰੀ ਕੀਤੀ ਕਰ ਦਿੱਤੀ ਹੈ। ਇਹ ਨਿਲਾਮੀ ਵਿੱਚ ਖਰੀਦਦਾਰ ਵੱਤ ਤੋਂ ਵੱਧ 100 ਟਨ ਦੀ ਬੋਲੀ ਲਗਾ ਸਕਦਾ ਹੈ। ਛੋਟੇ ਵਪਾਰੀਆਂ ਤੇ ਕਣਕ ਪ੍ਰੋਸੈਸਰਾਂ ਦੀ ਲਈ ਖਰੀਦ ਦੀ ਘਟੋਕਟ ਮਾਤਰਾ 10 ਟਨ ਰੱਖੀ ਗਈ ਹੈ ਖੁੱਲੀ ਮੰਡੀ ਕਰੇਲੋ ਵਿਕਰੀ ਸਕੀਮ ਦੇ ਤਹਿਤ ਚੌਲਾਂ ਦੀ ਇਹ ਨਿਲਾਮੀ ਅਗਲੇ ਮਹੀਨੇ ਦੀ 5 ਤਰੀਕ ਤੋਂ ਸ਼ੁਰੂ ਹੋਵੇਗੀ ਚੌਲਾਂ ਦੀ ਆਧਾਰ ਕੀਮਤ 3100 ਰੁਪਏ ਪ੍ਰਤੀ ਕੁੰਟਾ ਹੈ ਕੇਂਦਰ ਨੇ ਕਿਹਾ ਹੈ ਕਿ ਇਸ ਸਾਲ ਦਾਲਾਂ ਅਤੇ ਮੋਟੇ ਅਨਾਜ ਦੇ ਬਿਜਾਈ ਖੇਤਰ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ ਖੇਤੀ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਖਰੀਫ ਫਸਲਾਂ ਦੀ ਬਿਜਾਈ ਅੰਕੜਿਆਂ ਅਨੁਸਾਰ ਦਾਲਾਂ ਦਾ ਖੇਤਰ 6 ਲੱਖ 30 ਹਜ਼ਾਰ ਤੋਂ ਵੱਧ ਕੇ 6 ਲੱਖ 53 ਹਜ਼ਾਰ ਅਤੇ ਮੋਟੇ ਅਨਾਜ ਦਾ ਬਿਜਾਈ ਖੇਤਰ 13 ਲੱਖ ਹੈਕਟੇਰ ਤੋਂ ਵੱਧ ਕੇ 19 ਲੱਖ ਹੈਕਟੇਰ ਹੋ ਗਿਆ ਹੈ ਜਦਕਿ ਚੌਲਾਂ ਦਾ ਬਿਜਾਈ ਖੇਤਰ 16 ਲੱਖ ਹੈਕਟੇਰ ਤੋਂ ਘਟ ਕੇ ਤਕਰੀਬਨ 11 ਲੱਖ ਹੈਕਟੇਰ ਰਹਿ ਗਿਆ ਹੈ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਜੁਡੀਸ਼ੀਅਲ ਹਿਰਾਸਤ ਵਿੱਚ ਕੈਦੀਆਂ ਵੱਲੋਂ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਅਤੇ ਖੁਦਕੁਸ਼ੀ ਕਰਨ ਦੇ ਯਤਨਾਂ ਨੂੰ ਘੱਟ ਕਰਨ ਲਈ ਕੇਂਦਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹਕਾਰੀ ਜਾਰੀ ਕੀਤੀ ਹੈ ਕਮਿਸ਼ਨ ਨੇ ਕਿਹਾ ਹੈ ਕਿ ਜ਼ਿਆਦਾਤਰ ਕੈਦੀਆਂ ਦੀਆਂ ਗੈਰ ਕੁਦਰਤੀ ਮੌਤਾਂ ਖੁਦਕੁਸ਼ੀ ਕਾਰਨ ਹੁੰਦੀਆਂ ਨੇ ਕਮਿਸ਼ਨ ਨੇ ਕੈਦੀਆਂ ਦੇ ਬਿਸਤਰਿਆਂ ਦੀਆਂ ਚਾਦਰਾਂ ਅਤੇ ਕੰਬਲਾਂ ਦੀ ਨਿਯਮਿਤ ਜਾਂਚ ਅਤੇ ਨਿਗਰਾਨੀ ਦੀ ਸਿਫਾਰਿਸ਼ ਕੀਤੀ ਹੈ ਕਮਿਸ਼ਨ ਨੇ ਜੇਲ੍ਹ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਮੌਜੂਦਾ ਅਸਾਮੀਆਂ ਨੂੰ ਵਿਸ਼ੇਸ਼ ਤੌਰ ਤੇ ਜੇਲ੍ਹ ਕਲਿਆਣ ਅਧਿਕਾਰੀਆਂ ਮਨੋਵਿਗਿਆਨਕਾਂ ਅਤੇ ਮੈਡੀਕਲ ਕਰਮਚਾਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ ਕਮਿਸ਼ਨ ਨੇ ਸਾਰੇ ਹੀ ਸੂਬਿਆਂ ਦੇ ਮੁਖ ਸਕੱਤਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਸ਼ਾਸਕਾਂ ਗ੍ਰਹਿ ਮੰਤ్రਾਲਾ ਤੇ ਜ਼ਿਲ੍ਹਾ ਬਾਰੇ ਮਹਾਂ ਨਿਰਦੇਸ਼ਕ ਨੂੰ ਪੱਤਰ ਲਿਖ ਕੇਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੇ 3 ਮਹੀਨਿਆਂ ਅੰਦਰ ਕਾਰਵਾਈ ਰਿਪੋਰਟ ਭੇਜਣ ਦੀ ਹਦਾਇਤ ਦਿੱਤੀ ਹੈ। ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਦੇ 9 ਸਾਲ ਪੂਰੇ ਹੋਣ ਤੇ ਚਲਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸੰਤੀਸ਼ੈਰ ਮੰਡੀ ਗੁਬਿੰਦਗੜ੍ਹ ਵੇਖੇ ਭਾਜਪਾ ਦੇ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਕਮਰਵੀਰ ਸਿੰਘ ਟੋਰਾ ਦੀ ਪ੍ਰਧਾਨਗੀ ਹੇਠ ਇੱਕ ਵਪਾਰਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਭਾਜਪਾ ਦੇ ਕੌਮੀ ਮੀਤ ਪ੍ਰਧਾਨ ਅਵਿਨਾਸ਼ rai ਖੰਨਾ ਮੁੱਖ ਮਹਿਮਾਨ ਵਜੋਂ ਇਸ ਸੰਮੇਲਨ ਵਿੱਚ ਸ਼ਾਮਲ ਹੋਏ। ਉਨ੍ਹਾਂ ਸਰਕਾਰ ਦੀਆਂ ਉਪਲਬਧੀਆਂ ਤੇ ਯੋਜਨਾਵਾਂ ਬਾਰੇ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਸੰमेलन ਹੋ ਗਏ ਵਪਾਰੀਆਂ ਦਾ ਸੰमेलन ਹੋ ਗਿਆ ਇੰਟੈਲੈਕਚੁਅਲ ਸੁਵਿਨਨ ਹੋ ਗਿਆ ਔਰ ਇੱਕ ਵੱਡੀ ਰੈਲੀ ਔਰ ਘਰ ਘਰ ਜਨ ਸੰਪਰਕ ਕਿ 9 ਸਾਲ ਚ ਸਰਕਾਰ ਨੇ ਕੀ ਕੰਮ ਕੀਤੇ ਨੇ ਉਹਨਾਂ ਦੀ ਜਾਣਕਾਰੀ ਅਸੀਂ ਵਿਦ ਪ੍ਰੂਫ ਲੋਕਾਂ ਵਿੱਚ ਲੈ ਕੇ ਜਾਣੇ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਪੰਜਾਬ ਦੇ ਸਾਬਕਾ ਮੁਖੀ ਮਨਰਿੰਜਨ ਕਾਲੀਆ ਨੇ ਮਾਧੋਪੁਰ ਦੇ ਏਕਤਾ ਸਥਲ ਵਿੱਚ ਡਾਕਟਰ ਸ਼ਾਮਾ ਪ੍ਰਸਾਦ ਮੋਖਰਜੀ ਨੂੰ ਅਨੰਦੀ ਵਰਸੀ ਮੌਕੇ ਸ਼ਨ ਅंजलि ਭੇਟ ਕੀਤੀ ਕਾਲਿਆ ਨੇ ਕਿਹਾ ਕਿ ਡਾਕਟਰ ਮੋਖਰਜੀ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੇ ਪ੍ਰਾਣਾਂ ਦੀ ਅਹੋਤੀ ਦਿੱਤੀ ਮੋਦੀ ਸਰਕਾਰ ਨੇ ਧਾਰਾ 370 ਦੇ 35A ਨੂੰ ਖਤਮ ਕਰਕੇ ਸ਼ਹੀਦ ਡਾਕਟਰ ਸ਼ਾਮਾ ਪ੍ਰਸਾਦ ਮੋਖਰਜੀ ਦਾ ਸੁਪਨਾ ਸਾਕਾਰ ਕੀਤਾ ਹੈ ਕੇਂਦਰੀ ਯੂਵ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮਰਦਾਂ ਦੇ ACB S ESI ਅੰਡਰ 21 ਨੋਕਰ ਚੈਂਪੀਅਨਸ਼ਿਪ 2023 ਵਿੱਚ ਸ਼ਾਨਦਾਰ ਉਪਲਬਧੀਆਂ ਲਈ ਟੀਮ ਇੰਡੀਆ ਦੀ ਪ੍ਰਸ਼ੰਸਾ ਕੀਤੀ। ਇਸ ਚੈਂਪੀਅਨਸ਼ਿਪ ਵਿੱਚ ਤਮਲ ਚਾਵਲਾ, 브੍ਰਿजेश ਦਿਮਾਨੀ ਅਤੇ ਸਪਰਸ਼ ਫੇਰਵਾਨੀ ਦੀ ਮਰਦਾਂ ਦੀ ਟੀਮ ਨੇ ਸੋਨ ਤਮਗਾ ਜਿੱਤਿਆ। ਵਿਅਕਤੀਗਤ ਵਰਗ ਵਿੱਚ ਰિયાન ਰਜਵੀ ਨੇ ਕਾਂਸੀ ਦਾ ਤਮਗਾ ਜਿੱਤਿਆ। ਅਨੁਰਾਗ ਸਿੰਘ ਠਾਕੁਰ ਨੇ ਇੱਕ ਟਵੀਟ ਵਿੱਚ ਦੇਸ਼ ਦੇ ਖੇਡ ਭਵਿੱਖ ਨੂੰ ਆਕਾਰ ਦੇਣ ਲਈ ਨੌਜਵਾਨ ਖਿਡਾਰੀਆਂ ਦੀ ਸ਼ਲਾਘਾ ਕੀਤੀ। ਜਰਮਨੀ ਦੇ ਸ਼ਹਿਰ ਬਰਲਿਨ ਵਿੱਚ ਵਿਸ਼ੇਸ਼ 올림픽 ਵਿੱਚ ਭਾਰਤ ਵੱਲੋਂ ਹਾਸਲ ਕੀਤੀ ਗਏ ਤਮਗੀਆਂ ਦੀ ਗਿਣਤੀ ਬਾਅਦ ਕੇ 67 ਹੋ ਗਈ ਹੈ। ਭਾਰਤ ਨੇ ਹੁਣ ਤੱਕ ਸੋਨੇ ਦੇ 26, ਚਾਂਦੀ ਦੇ 30 ਅਤੇ ਕਾਂਸੀ ਦੇ 20 ਤਮਗੇ ਜਿੱਤੇ ਨੇ। ਜੁਡੋ ਵਿੱਚ ਸੁਹੇਲੀਆ ਪ੍ਰਵੀਨ ਨੇ ਚਾਂਦੀ ਦਾ ਤਮਗਾ ਜਿੱਤਿਆ। ਭਾਰ ਚੁੱਕਣ ਦੇ ਮੁਕਾਬਲੇ ਵਿੱਚ ਵੀ ਹਰੀਸ਼ ਅਤੇ ਸੀਆ ਸਰੋੜੇ ਨੇ 4 ਸੋਨ ਤਮਗੇ ਜਿੱਤੇ। ਭਾਰ ਚੁੱਕਣ ਦੇ ਮੁਕਾਬਲੇ ਵਿੱਚ ਭਾਰਤ ਹੁਣ ਤੱਕ 24 ਤਮਗੇ ਜਿੱਤ ਚੁੱਕਿਆ ਹੈ। ਰੋਲਰ ਸਕੇਟਿੰਗ ਵਿੱਚ ਵੀ ਭਾਰਤ ਨੇ 17 ਤਮਗੇ ਜਿੱਤੇ ਨੇ। ਐਂਜਲਾ ਮਰੀਨੇਸ 100 ਮੀਟਰ ਰੋਲਰ ਸਕੇਟਿੰਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਂ ਆ ਰੈਨਿਊ ਡੀਡੀਕੇ ਜਲੰਧਰ ਦੇ YouTube ਚੈਨਲ, Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਵਿੱਚ ਚੌਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਾਸ਼ਿੰਗਟਨ ਡੀਸੀ ਦੇ ਰੀਗਨ ਸੈਂਟਰ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਦੇਸ਼ ਦੇ ਵੱਧ ਦੇ ਆਤਮ ਵਿਸ਼ਵਾਸ ਨੂੰ ਭਾਰਤ ਦੀ ਪ੍ਰਗਤੀ ਦਾ ਕਾਰਨ ਦੱਸਿਆ। ਇਹ ਹੈ ਕਿ ਭਾਰਤ ਤੇ ਅਮਰੀਕਾ ਦੀ ਭਾਈਵਾਲੀ 21ਵੀਂ ਸਦੀ ਦੀ ਦੁਨੀਆ ਦੀ ਕਿਸਮਤ ਬਦਲ ਸਕਦੀ ਹੈ। Google ਦੇ CEO ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਅਹਮਦਾਬਾਦ ਦੇਖ ਕੇ ਗਲੋਬਲ ਫਿਨਟੈਕ ਸੈਂਟਰ ਖੋਲਣ ਦਾ ਕੀਤਾ ਐਲਾਨ। ਕੇਂਦਰ ਵੱਲੋਂ ਮਹਿੰਗਾਈ ਦਰ ਨੂੰ ਰੋਕਣ ਲਈ ਕਣਕ ਅਤੇ ਚੌਲਾਂ ਦਾ ਈ ਨਿਲਾਮੀ ਕਰਨ ਦੀ ਹਦਾਇਤ ਅਤੇ ਬਰਲਿਨ ਵਿੱਚ ਚੱਲ ਰਹੀਆਂ ਵਿਸ਼ੇਸ਼ 올림픽 ਵਿਸ਼ੇ ਖੇਡਾਂ ਵਿੱਚ ਭਾਰਤ ਵੱਲੋਂ ਜਿੱਤੇ ਗਏ ਤਮਗਿਆਂ ਦੀ ਗਿਣਤੀ 70 ਹੋਈ। ਇਸ ਦੇ ਨਾਲ ਹੀ ਖਬਰਾਂ ਦਾ ਬਲਟਿਨ ਖਤਮ ਹੁੰਦਾ ਹੈ। ਆਗਿਆ ਦਿਓ। ਧੰਨਵਾਦ।